ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਰੋਜ਼ਾਨਾ ਹੀ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਨੇ। ਧੰਨ ਗੁਰੂ ਰਾਮਦਾਸ ਦੇ ਦਰ 'ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਜਿੱਥੇ ਆਮ ਦਿਨਾਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਜ਼ਾਨਾ 1 ਲੱਖ ਦੇ ਕਰੀਬ ਸ਼ਰਧਾਲੂ ਨਤਮਸਤਕ ਹੁੰਦੇ ਨੇ, ਉੱਥੇ ਸੰਗਤ ਦੀ ਇਸ ਆਮਦ ਦੇ ਵਿੱਚ ਛੁੱਟੀਆਂ ਦੇ ਦੌਰਾਨ ਵਰੇ ਤਿਉਹਾਰ ਮੌਕੇ ਵੱਡਾ ਵਾਧਾ ਦੇਖਣ ਨੂੰ ਮਿਲਦਾ। ਤਾਂ ਹੁਣ ਜਦੋਂ ਗਰਮੀ ਦੀ ਛੁੱਟੀਆਂ ਜਾ ਰਹੀਆਂ ਨੇ ਤਾਂ ਸੰਗਤ ਦੀ ਆਮਦ ਬੇਹੱਦ ਵੱਧ ਰਹੀ ਹੈ। ਚਾਹੇ ਤਪਦੀ ਗਰਮੀ ਹੈ, ਪਰ ਇਸ ਤਪਦੀ ਗਰਮੀ ਤਾਂ ਸੰਗਤ ਦੀ ਆਮਦ 'ਤੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਜਾਂ ਇਹ ਕਹਿ ਲਈਏ ਕਿ ਸੰਗਤ ਦੀ ਸ਼ਰਧਾ ਭਾਵਨਾ ਦੇ ਅੱਗੇ ਇਹ ਤਪਦੀ ਗਰਮੀ, ਇਹ ਪਿੰਡਾਂ 'ਚ ਝੁਲਸਾਉਂਦੀ ਗਰਮੀ ਵੀ ਠੰਡੀ ਪੈ ਚੁੱਕੀ ਹੈ। ਤਾਂ ਸੰਗਤ ਦਾ ਠਾਠਾ ਮਾਰਦਾ ਸਮੁੰਦਰ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚ ਰਿਹਾ ਹੈ। ਤਾਂ ਜਿੱਥੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਸੁਚੱਜੇ ਪ੍ਰਬੰਧ ਕੀਤੇ ਜਾਂਦੇ ਨੇ। ਉੱਥੇ ਸਭ ਤੋਂ ਅਹਿਮ ਹੈ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਘਰ, ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਕਿਹਾ ਜਾਂਦਾ ਹੈ। ਉਹ ਰਸੋਈ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਸੰਗਤਾਂ ਸਵਾਦੀ ਲੰਗਰ ਛਕਦੀਆਂ ਨੇ, ਔਰ ਇਹ ਲੰਗਰ 24 ਘੰਟੇ ਇੱਥੇ ਵਰਤਾਇਆ ਜਾਂਦਾ ਹੈ। ਦੇਸ਼ ਵਿਦੇਸ਼ਾਂ ਤੋਂ ਪੁੱਜੀ ਸੰਗਤ ਪੰਗਤ ਵਿੱਚ ਬੈਠ ਕੇ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਲੰਗਰ ਛਕਦੀਆਂ ਨੇ, ਜਿਸ ਦੇ ਨਾਲ ਜਿੱਥੇ ਢਿੱਡ ਦੀ ਭੁੱਖ ਪੂਰੀ ਹੁੰਦੀ ਹੈ ਉੱਥੇ ਆਤਮਿਕ ਖੁਰਾਕ ਯਾਨੀ ਕਿ ਰੂਹ ਦੀ ਖੁਰਾਕ ਵੀ ਮਿਲਦੀ ਹੈ। ਤਾਂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿੱਦਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਇਹਨਾਂ ਛੁੱਟੀਆਂ ਦੇ ਦੌਰਾਨ ਜਦੋਂ ਸੰਗਤ ਦੀ ਆਮਦ ਵਧੀ ਹੈ ਤਾਂ ਰਸਦ ਦੀ ਖਪਤ ਦੇ ਵਿੱਚ ਕਿੰਨਾ ਵਾਧਾ ਹੋਇਆ, ਤਾਂ ਕਿਸ ਤਰ੍ਹਾਂ ਦੇ ਨਾਲ ਇਸ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਦੇ ਵਿੱਚ ਪ੍ਰਬੰਧ ਚਲਾਏ ਜਾਂਦੇ ਹੈ। ਤਾਂ ਇਹ ਤਸਵੀਰ ਹੈ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੀ ਰਸੋਈ ਦੀ, ਜਿੱਥੇ ਇਹਨਾਂ ਵੱਡੇ ਵੱਡੇ ਕੜਾਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ। ਰਾਊਂਡ ਦਾ ਕਲੋਕ ਯਾਨੀ ਕਿ 24 ਘੰਟੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ। ਪੰਗਤ ਦੇ ਵਿੱਚ ਬੈਠ ਕੇ ਸੰਗਤਾਂ ਹੱਥ ਨਾਲ ਵਾਹਿਗੁਰੂ ਕਰਦੀਆਂ ਜਾਪ ਕਰਦੀਆਂ ਹੋਈਆਂ ਗੁਰੂ ਘਰ ਦਾ ਲੰਗਰ ਛਕਦੀਆਂ ਨੇ। ਪਰ ਇਹ ਬੇਮਿਸਾਲ ਪ੍ਰਬੰਧ ਜਿਹੜੇ ਹੈ ਇਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਨੇ, ਜਿੱਥੇ 24 ਘੰਟੇ ਇਸੇ ਤਰ੍ਹਾਂ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜ਼ਮ ਅਤੇ ਮੁਲਾਜ਼ਮਾਂ ਦੇ ਨਾਲ ਨਾਲ ਗੁਰੂ ਘਰ ਦੇ ਸੇਵਕ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਬੜੀ ਸੇਵਾ ਭਾਵ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਨਿਸ਼ਕਾਮ ਸੇਵਾ ਕਰਦੇ ਨੇ, ਧੰਨ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਰੋਜ਼ਾਨਾ ਹੀ 24 ਘੰਟੇ ਚਾਹ ਦਾ ਲੰਗਰ ਵੀ ਜਾਰੀ ਰਹਿੰਦਾ। ਤਾਂ ਇਸ ਲੰਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਜਿਹੜੇ ਹੈ ਉਹ ਵੀ ਤਿਆਰ ਕੀਤੇ ਜਾਂਦੇ ਨੇ, ਦਾਲਾਂ ਸਬਜ਼ੀਆਂ ਖੀਰ ਪ੍ਰਸ਼ਾਦੇ। ਇਸ ਛੁੱਟੀਆਂ ਦੇ ਇਸ ਸੀਜ਼ਨ 'ਚ ਜਦੋਂ ਸੰਗਤ ਦੀ ਆਮਦ ਵਧੀ ਹੈ ਤਾਂ ਇਸ ਆਮਦ ਦੇ ਵਧਣ ਦੇ ਨਾਲ ਨਾਲ ਧੰਨ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਰਸਦ ਦੀ ਖਪਤ ਜਿਹੜੀ ਹੈ ਉਹ ਵੀ ਵੱਧਦੀ ਹੈ। ਤਾਂ ਇਹ ਖਪਤ ਆਮ ਦਿਨਾਂ 'ਚ ਕਿੰਨੀ ਹੁੰਦੀ ਹੈ ਅਤੇ ਅੱਜ ਕੱਲ੍ਹ ਕਿੰਨੀ ਰਹਿੰਦੀ ਹੈ, ਕੀ ਵਿਅੰਜਨ ਲੰਗਰ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ, ਤਾਂ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਮੈਨੇਜਰ ਸਤਿੰਦਰ ਸਿੰਘ ਹਰੀ ਸਾਡੇ ਨਾਲ ਮੌਜੂਦ ਨੇ।
ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਮਿਸਾਲ ਪ੍ਰਬੰਧ ਹੈ, ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ, ਸਭ ਤੋਂ ਵੱਡੀ ਰਸੋਈ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਹੈ, ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਸੰਗਤਾਂ ਚੱਲਦੀਆਂ ਨੇ। ਪਰ ਇਹ ਜਿਹੜੀ ਆਮਦ ਹੈ ਛੁੱਟੀਆਂ ਵਿੱਚ ਖਾਸ ਤੌਰ 'ਤੇ ਵੱਧ ਜਾਂਦੀ ਹੈ। ਗਰਮੀ ਛੁੱਟੀਆਂ ਦੀ ਗੱਲ ਕਰੀਏ ਤਾਂ ਕੀ ਪ੍ਰਬੰਧ ਰਹਿੰਦੇ ਨੇ, ਔਰ ਜੇ ਖਪਤ ਦੀ ਗੱਲ ਕਰੀਏ ਤਾਂ ਖਪਤ 'ਚ ਕਿੰਨਾ ਕੁ ਫਰਕ ਪੈਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਸ਼੍ਰੀ ਗੁਰੂ ਰਾਮਦਾਸ ਵਿਖੇ 24 ਘੰਟੇ ਲੰਗਰ ਜੋ ਚੱਲਦਾ ਹੈ, ਮੈਂ ਤੁਹਾਡੇ ਚੈਨਲ ਦੀ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ ਲੱਖਾਂ ਦੀ ਤਾਦਾਦ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਪਰਿਵਾਰਾਂ ਸਮੇਤ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ। ਜਿੱਥੋਂ ਤੱਕ ਗੱਲ ਸੰਗਤਾਂ ਦੀ ਹੈ, ਮੈਂ ਸਮਝਦਾ ਕਿ ਪਹਿਲਾਂ ਗਰਮੀਆਂ ਤੋਂ ਪਹਿਲਾਂ ਜੋ ਸਿਆਲ ਸੀ ਉਦੋਂ ਸੰਗਤ ਦੀ ਆਮਦ ਲੱਖ ਦੇ ਕਰੀਬ, ਸੰਗਤ ਜਿਹੜੀ ਰੋਜ਼ਾਨਾ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੁੰਦੀ ਸੀ ਅਤੇ ਲੱਖਾਂ ਹੀ ਸੰਗਤਾਂ ਜਿਹੜੀਆਂ ਲੰਗਰ ਆ ਕੇ ਛਕਦੀਆਂ ਨੇ। ਅੱਜ ਗਰਮੀਆਂ ਦੀਆਂ ਛੁੱਟੀਆਂ ਸਕੂਲਾਂ 'ਚ ਬੱਚਿਆਂ ਨੂੰ ਪੈ ਗਈਆਂ ਹਨ, ਜੂਨ ਜੁਲਾਈ ਦਾ ਮਹੀਨਾ ਗਰਮੀਆਂ ਦੀ, ਇਹ ਕਰਕੇ ਜੋ 2 ਮਹੀਨੇ ਦੀਆਂ ਛੁੱਟੀਆਂ ਪਈਆਂ ਨੇ, ਦੇਸ਼ ਵਿਦੇਸ਼ ਤੋਂ ਜੋ ਬੱਚੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਮਾਪਿਆਂ ਦੇ ਨਾਲ ਵੱਡੀ ਤਾਦਾਦ ਵਿੱਚ, ਮੈਂ ਸਮਝਦਾ ਕਿ ਜੇ ਪਹਿਲਾਂ ਲੱਖ ਸੰਗਤ ਸੀ ਤਾਂ ਅੱਜ ਕੱਲ੍ਹ 1.5-2 ਲੱਖ ਦੇ ਕਰੀਬ ਸੰਗਤ ਜਿਹੜੀ ਰੋਜ਼ਾਨਾ ਨਤਮਸਤਕ ਹੋਣ ਵਾਸਤੇ ਸੱਚਖੰਡ ਸਾਹਿਬ ਵਿਖੇ ਆ ਰਹੀ ਹੈ। ਉਹਨਾਂ ਵਾਸਤੇ ਜਿੱਥੇ ਵਿਸ਼ੇਸ਼ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵੱਲੋਂ, ਸਤਿਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਪ੍ਰਕਾਰ ਦੇ ਸੰਗਤਾਂ ਵਾਸਤੇ ਪ੍ਰਬੰਧ ਕੀਤੇ ਗਏ। ਉੱਥੇ ਵਿਸ਼ੇਸ਼ ਤੌਰ 'ਤੇ ਲੰਗਰ ਵਿੱਚ ਵੀ ਹਰ ਪ੍ਰਕਾਰ ਦੇ ਉਹਨਾਂ ਦੀ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਮੈਂ ਸਮਝਦਾ ਕਿ ਇਹ ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਛਕਦੀਆਂ ਨੇ। ਉੱਥੇ ਵਿਸ਼ੇਸ਼ ਤੌਰ 'ਤੇ ਦਾਲ, ਸਬਜ਼ੀ, ਚੌਲ, ਪ੍ਰਸ਼ਾਦੇ, ਆਪਣਾ ਮਿੱਠਾ ਭਾਵੇਂ ਖੀਰ ਹੋ ਜੇ ਅਤੇ ਭਾਵੇਂ ਕੜਾਹ ਪ੍ਰਸ਼ਾਦ ਹੋ ਜੇ, ਇਹ ਰੋਜ਼ਾਨਾ ਵੱਡੀ ਤਾਦਾਦ ਵਿੱਚ ਸੰਗਤਾਂ ਇੱਥੇ ਬੈਠ ਕੇ ਛਕਦੀਆਂ ਨੇ। ਖਪਤ ਮੈਨੇਜਰ ਸਾਹਿਬ ਕਿੰਨੀ ਕੁ ਰਹਿੰਦੀ ਹੈ, ਕਿਉਂਕਿ ਇਹ ਇੱਕ ਅੰਦਾਜ਼ਾ ਹੀ ਲਗਾਇਆ ਜਾ ਸਕਦਾ? ਗੁਰੂ ਘਰ ਹੈ ਇੱਥੇ, ਜਿਹੜਾ ਸੰਗਤਾਂ ਵੱਡੀ ਗਿਣਤੀ ਵਿੱਚ ਆ ਕੇ ਆਪਣੀ ਸ਼ਰਧਾ ਅਨੁਸਾਰ ਆਪਣਾ ਕਿਰਤ ਕਮਾਈ 'ਚੋਂ, ਦਸਾਂ ਨੌਂ ਦੀ ਕਿਰਤ 'ਚੋਂ ਦਸਵੰਧ ਵੀ ਭੇਟ ਕਰਦੀਆਂ ਨੇ, ਤਾਂ ਖਪਤ ਦਾ ਕੀ ਅੰਦਾਜ਼ਾ, ਕਿੰਨੀ ਕੁ ਰਹਿੰਦੀ ਹੈ? ਚਾਹੇ ਉਹ ਆਟੇ ਦੀ ਹੈ, ਚਾਹੇ ਦਾਲਾਂ ਦੀ ਹੈ, ਚਾਹੇ ਸਬਜ਼ੀਆਂ ਦੀ ਹੈ, ਘਿਓ ਦੀ ਹੈ, ਸਿਲੰਡਰ ਹੈ, ਬਾਲਣ ਹੈ, ਤਾਂ ਇਹ ਅੰਦਾਜ਼ਾ ਕੀ ਰਹਿੰਦਾ ਅਤੇ ਇਹਨਾਂ ਦਿਨਾਂ 'ਚ ਕਿੰਨਾ ਕੁ ਵਾਧਾ ਹੋਇਆ? ਜਿੱਥੋਂ ਤੱਕ ਖਰਚ ਦੀ ਖਪਤ ਦਾ ਸਵਾਲ ਹੈ, ਜੋ ਲੰਗਰ ਵਿੱਚ ਆਟਾ ਤਿਆਰ ਹੁੰਦਾ, ਮੈਂ ਸਮਝਦਾ ਕਿ ਅੱਜ ਦੇ ਸਮੇਂ ਦੌਰਾਨ ਜੂਨ ਜੁਲਾਈ ਦੇ ਮਹੀਨੇ ਵਿੱਚ 100 ਤੋਂ 120 ਕੁਇੰਟਲ ਰੋਜ਼ਾਨਾ ਆਟਾ ਦਾ ਪ੍ਰਸ਼ਾਦਾ ਤਿਆਰ ਹੁੰਦਾ। ਇਸ ਤੋਂ ਇਲਾਵਾ ਜੇ ਦਾਲਾਂ ਦੀ ਗੱਲ ਕਰ ਲਈਏ, 20 ਤੋਂ 25 ਕੁਇੰਟਲ ਜਿਹੜੀਆਂ ਦਾਲਾਂ ਰੋਜ਼ਾਨਾ ਤਿਆਰ ਹੁੰਦੀਆਂ ਹਨ, 20-25 ਕੁਇੰਟਲ ਜਿਹੜੀਆਂ ਇਸ ਬਾਹਰ ਦੀਆਂ ਸਬਜ਼ੀਆਂ ਨੇ, ਟੀਂਡੇ, ਘੀਆ, ਹਲਵਾ, ਭਿੰਡੀਆਂ ਆਦਿ ਜਿਹੜੀਆਂ ਹਰੀਆਂ ਸਬਜ਼ੀਆਂ ਨੇ, ਇਹ ਰੋਜ਼ਾਨਾ ਤਿਆਰ ਹੁੰਦੀਆਂ। ਅਤੇ ਜੋ ਚੌਲ ਨੇ, ਮੈਂ ਸਮਝਦਾ ਕਿ ਉਹ ਵੀ ਲਗਭਗ 20 ਤੋਂ 25 ਕੁਇੰਟਲ ਜਿਹੜੇ ਚੌਲ ਤਿਆਰ ਹੁੰਦੇ ਹਨ। ਇਸੇ ਤਰ੍ਹਾਂ ਖੀਰ ਦਾ ਲੰਗਰ ਹੈ, ਅਤੇ 100 ਕੁਇੰਟਲ ਦੇ ਲਗਭਗ ਜੋ ਦੁੱਧ, ਉਹਦਾ ਇਹ ਖੀਰ ਰੋਜ਼ਾਨਾ ਤਿਆਰ ਹੁੰਦੀ ਹੈ। ਜਿੱਥੇ ਇਹ ਪ੍ਰਸ਼ਾਦ ਰੋਜ਼ਾਨਾ ਤਿਆਰ ਹੁੰਦੇ ਹਨ, ਇੱਥੇ ਸਾਰਾ ਲੰਗਰ ਜਿਹੜਾ ਦੇਸੀ ਘਿਓ ਨਾਲ ਤਿਆਰ ਹੁੰਦਾ, ਮੈਂ ਸਮਝਦਾ ਕਿ 10 ਕੁਇੰਟਲ ਦੇ ਲਗਭਗ ਜਿਹੜਾ ਰੋਜ਼ਾਨਾ 10 ਤੋਂ 12 ਕੁਇੰਟਲ ਦੇਸੀ ਘਿਓ, ਸਬਜ਼ੀਆਂ ਵਾਸਤੇ ਅਤੇ ਘਿਓ ਪ੍ਰਸ਼ਾਦਿਆਂ ਵਾਸਤੇ ਰੋਜ਼ਾਨਾ ਵਰਤਿਆ ਜਾਂਦਾ। ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦਾ, ਜਿੱਥੇ ਇਹ ਲੰਗਰ ਦੇ ਵਿੱਚ ਸੰਗਤਾਂ ਵਿਸ਼ੇਸ਼ ਤੌਰ 'ਤੇ ਪ੍ਰਸ਼ਾਦਾ ਛਕਦੀਆਂ ਨੇ, ਉੱਥੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ, ਉਹ ਭਾਵੇਂ ਸਵੇਰੇ ਅੰਮ੍ਰਿਤ ਵੇਲੇ ਆ ਜਾਣ, ਭਾਵੇਂ ਉਹ ਦੁਪਹਿਰੀ ਆ ਜਾਣ, ਭਾਵੇਂ ਉਹ ਰਾਤ ਨੂੰ ਆ ਜਾਣ, ਉਹ ਵੀ ਆ ਕੇ ਇਸ ਲੰਗਰ ਹਾਲ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਦੇ, ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਗੱਲ ਕਰ ਰਹੇ ਸੀ ਰਸਦ ਦੀ ਖਪਤ ਦੀ,
ਤੇ ਆਪਾਂ ਜਦੋਂ ਛੁੱਟੀਆਂ ਦੀ ਗੱਲ ਕੀਤੀ ਕਿ ਸੰਗਤ ਦੀ ਆਮਦ ਵਧੀ ਹੈ, ਤਾਂ ਕਿੰਨੇ ਪਰਸੈਂਟ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਆਮ ਦਿਨਾਂ ਦੇ ਨਾਲੋਂ ਜਿਹੜੀ ਰਸਦ ਦੀ ਖਪਤ ਹੈ, ਲੰਗਰ ਦੀ ਖਪਤ ਹੈ ਜਾਂ ਰਾਸ਼ਨ ਦੀ ਖਪਤ ਹੈ, ਉਹ 10% 15% 20% ਜਾਂ ਇਸ ਤੋਂ ਜ਼ਿਆਦਾ ਕਿੰਨੀ ਕੁ ਵਧੀ ਹੈ? ਮੈਂ ਸਮਝਦਾ ਕਿ ਜੋ ਗਰਮੀਆਂ ਦੀਆਂ ਛੁੱਟੀਆਂ 'ਚ ਰਸਦ ਦੀ ਖਪਤ ਹੈ 20% ਤੋਂ ਦੇ ਲਗਭਗ, ਇਹ ਪਹਿਲਾਂ ਨਾਲੋਂ ਵੱਧ ਜਿਹੜੀ ਹੈ, ਕਿਉਂਕਿ ਸੰਗਤ ਦੀ ਆਮਦ ਵੱਧ ਗਈ ਅਤੇ ਇਹ ਤੋਂ ਜ਼ਿਆਦਾ ਜੇ ਸੰਗਤ ਰੂਟੀਨ ਦੇ ਵਿੱਚ ਜਿਹੜੀ ਸੰਗਤ ਆ ਰਹੀ ਹੈ 1.5 ਤੋਂ 2 ਲੱਖ, ਜੇ ਦਿਨ ਤਿਉਹਾਰ ਜਿੱਦਾਂ ਮੱਸਿਆ ਹੋ ਗਿਆ ਜਾਂ ਗੁਰਪੁਰਬ ਹੋ ਗਿਆ, ਉਸ ਸਮੇਂ ਵੀ ਸੰਗਤ ਦੀ ਆਮਦ ਹੋਰ ਵੱਧ ਜਾਂਦੀ ਹੈ ਅਤੇ 20% ਦੇ ਲਗਭਗ ਜਿਹੜੇ ਵਾਧੇ ਦੇ ਨਾਲ ਰਸਤ ਦੀ ਖਪਤ ਹੋ ਰਹੀ ਹੈ। ਵੈਸੇ ਰਫ ਜਿਹਾ ਹੀ ਆਈਡੀਆ ਹੋ ਸਕਦਾ, ਅੰਦਾਜ਼ਾ ਹੀ ਹੋ ਸਕਦਾ ਕਿ ਜੇਕਰ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਰੋਜ਼ਾਨਾ ਲੰਗਰ ਦਾ ਖਰਚਾ ਕਿੰਨਾ ਕੁ ਹੋ ਸਕਦਾ? ਅਸੀਂ ਬਿਜਲੀ ਜਾਂ ਮੁਲਾਜ਼ਮਾਂ ਦੀ ਤਨਖਾਹ ਦੀ ਗੱਲ ਨਹੀਂ ਕਰਦੇ, ਸਿਰਫ ਰਾਸ਼ਨ ਦੀ ਜਿਹੜਾ ਖਪਤ ਹੈ ਉਹ ਅੰਦਾਜ਼ਾ ਜਿਹੜਾ ਰੋਜ਼ਾਨਾ ਲੰਗਰ ਦਾ ਖਪਤ ਹੀ ਹੈ ਉਹ ਲਗਭਗ 15 ਲੱਖ ਰੁਪਈਆ ਰੋਜ਼ਾਨਾ ਆਉਂਦਾ। ਜੇ ਉਹ ਐਤਵਾਰ ਆ ਜਾਏ, ਐਤਵਾਰ ਦੇ ਦਿਹਾੜੇ 'ਚ ਵੱਧ ਹੋ ਜਾਂਦਾ 15 ਤੋਂ 17 ਲੱਖ ਵੀ ਪਹੁੰਚਦਾ। ਫਿਰ ਵੱਧ ਚੱਲ ਰਿਹਾ? ਬਿਲਕੁਲ ਜੀ, 17-20 ਲੱਖ ਤੱਕ ਜਿਹੜਾ ਰੋਜ਼ਾਨਾ ਖਰਚਾ ਇਹਦਾ ਆਉਂਦਾ, 15 ਤੋਂ 20 ਲੱਖ ਰੁਪਈਆ ਇਹ ਖਰਚ ਜਿਹੜਾ ਸਿਰਫ ਅਤੇ ਸਿਰਫ ਇਹ ਸਬਜ਼ੀਆਂ ਦਾ, ਦਾਲਾਂ ਦਾ, ਸਿਲੰਡਰਾਂ ਦਾ ਪਾ ਕੇ ਜਿਹੜਾ ਖਰਚ, ਇਹਦੇ ਵਿੱਚ ਕੋਈ ਬਿਜਲੀ ਦਾ ਖਰਚ ਨਹੀਂ, ਕੋਈ ਮੁਲਾਜ਼ਮਾਂ ਦੀ ਤਨਖਾਹ ਦਾ ਖਰਚ ਨਹੀਂ ਹੈਗਾ। ਜਿੱਥੇ ਇਹ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਜਿਹੜੀਆਂ ਸੰਗਤਾਂ ਨੇ, ਜਿੱਦਾਂ ਕਣਕ ਦਾ ਸੀਜ਼ਨ ਹੈ ਔਰ ਕਣਕ ਦਾ ਸੀਜ਼ਨ ਹੈ, ਉਹ ਜਿਹੜੇ ਜ਼ਿਮੀਂਦਾਰ ਹੈ ਜਿਨ੍ਹਾਂ ਨੇ ਆਪਣੀ ਫਸਲ ਬੀਜੀ ਹੁੰਦੀ, ਉਹ ਆਪਣੀ ਜੋ ਗੁਰੂ ਸਾਹਿਬ ਦਾ ਹੁਕਮ ਹੈ, ਆਦੇਸ਼ ਹੈ, ਆਪਣੀ ਕਮਾਈ ਦਾ ਦਸਵੰਧ ਕੱਢਣਾ, ਉਹਦੀ ਪਾਲਣਾ ਕਰਦੇ ਹੋਇਆ ਆਪਣੀ ਉਸ ਕਮਾਈ ਦਾ ਦਸਵੰਧ ਕੱਢ ਕੇ ਕਣਕ ਜਿਹੜੀ ਹੈ ਲੈ ਕੇ ਆਉਂਦੇ ਆ। ਉਹ ਕਣਕ ਥੱਲੇ ਚੱਕੀਆਂ ਲੱਗੀਆਂ ਨੇ, ਉਸੇ ਚੱਕੀ 'ਤੇ ਆਟਾ ਤਿਆਰ ਹੁੰਦਾ ਇੱਥੇ ਦਰਬਾਰ ਸਾਹਿਬ ਵਿਖੇ। ਉਹਦੀ ਆਟੇ ਦੀ ਤਿਆਰ ਹੋਣ ਤੋਂ ਬਾਅਦ ਉਹਨੂੰ ਆਟੇ ਨੂੰ ਸਾਫ਼ ਕੀਤਾ ਜਾਂਦਾ, ਉਸੇ ਆਟੇ ਦਾ ਜਿਹੜਾ ਪ੍ਰਸ਼ਾਦਾ ਵੀ ਤਿਆਰ ਕੀਤਾ ਜਾਂਦਾ। ਤਾਂ ਹੁਣ ਅਸੀਂ ਪਹੁੰਚੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਦੇ ਉਸ ਹਾਲ ਦੇ ਵਿੱਚ ਜਿੱਥੇ ਸਿਰਫ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਆ। ਤਾਂ ਇਹ ਬੇਹੱਦ ਵੱਡਾ ਹਾਲ ਹੈ, ਜਿੱਥੇ ਇੱਕ ਪਾਸੇ ਪੇੜੇ ਵੇਲੇ ਜਾ ਰਹੇ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਪੇੜੇ ਵੇਲਣ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਜਿੱਥੇ ਵੱਡੀ ਗਿਣਤੀ 'ਚ ਬੀਬੀਆਂ ਇੱਥੇ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਨਿਭਾ ਰਹੀਆਂ ਨੇ, ਉੱਥੇ ਛੋਟੇ ਛੋਟੇ ਬੱਚੇ ਵੀ ਸਕੂਲਾਂ ਦੀ ਛੁੱਟੀਆਂ ਦੇ ਦੌਰਾਨ ਇੱਥੇ ਪਹੁੰਚ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪ੍ਰਸ਼ਾਦੇ ਤਿਆਰ ਕਰਨ ਦੀ ਇਹ ਸੇਵਾ ਜਿਹੜੀ ਹੈ ਉਹ ਕਰ ਰਹੇ ਨੇ। ਬੇਹੱਦ ਸੁੰਦਰ ਨਜ਼ਾਰਾ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੀ, ਇਸ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ ਦਾ। ਧੰਨ ਗੁਰੂ ਰਾਮਦਾਸ ਦੇ ਦਰ ਦਾ, ਜਿੱਥੇ ਰੋਜ਼ਾਨਾ ਲੱਖਾਂ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਜਾਂਦਾ, ਔਰ ਇਹ ਤਿਆਰ ਕਰਨਾ ਵੀ ਆਪਣੇ ਆਪ ਵਿੱਚ ਬੇਹੱਦ ਵੱਡੀ ਚੁਣੌਤੀ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਦੇ ਨਾਲ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵੀ ਪਹੁੰਚ ਕੇ ਆਪੋ ਆਪਣੇ ਪਿੰਡਾਂ ਕਸਬਿਆਂ ਤੋਂ ਉਚੇਚੇ ਤੌਰ 'ਤੇ ਸੇਵਾ ਦੇ ਇਹ ਬੁੱਲੇ ਲੁੱਟਣ ਦੇ ਲਈ ਇੱਥੇ ਆਉਂਦੇ ਹਨ, ਔਰ ਇਹਨਾਂ ਵਿੱਚੋਂ ਕੁਛ ਸ਼ਰਧਾਲੂ ਇਹੋ ਜਿਹੇ ਨੇ ਜੋ ਵਰਿਆਬੱਧੀ ਇੱਥੇ ਰਹਿ ਕੇ ਧੰਨ ਗੁਰੂ ਰਾਮਦਾਸ ਲੰਗਰ ਘਰ ਦੇ ਵਿਖੇ ਸੇਵਾ ਜਿਹੜੀ ਹੈ ਉਹ ਕਰਦੇ ਨੇ।
ਅਜਿਹੇ ਕਈ ਸ਼ਰਧਾਲੂ ਨੇ ਜੋ ਪੱਕੇ ਤੌਰ 'ਤੇ ਇੱਥੇ ਰਹਿ ਰਹੇ ਨੇ ਆਪਣੇ ਘਰਾਂ ਤੋਂ ਦੂਰ, ਅਤੇ ਮੰਤਵ ਇੱਕੋ ਹੀ ਹੈ ਕਿ ਧੰਨ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਨੀ ਹੈ। ਤਾਂ ਕੁਛ ਸ਼ਰਧਾਲੂਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ, ਕਿੱਥੋਂ ਦੇ ਰਹਿਣ ਵਾਲੇ? ਮੈਂ ਗੁਰਦਾਸਪੁਰ ਦੀ ਰਹਿਣ ਵਾਲੀ, ਸਾਰਚੂਰ ਮੇਰਾ ਪਿੰਡ ਜੇ। ਕਿੰਨੇ ਸਾਲਾਂ ਤੋਂ ਇੱਥੇ ਸੇਵਾ ਕਰਦੇ? ਮੈਂ 15 ਸਾਲਾਂ ਤੋਂ ਸੇਵਾ ਕਰਦੀ ਹਾਂ ਇੱਥੇ, ਪਹਿਲਾਂ ਦੇ ਵੀ ਕਰਦੀ ਹਾਂ, 15 ਸਾਲ ਤੋਂ ਮੈਂ ਡਿਊਟੀ ਕਰ। 15 ਸਾਲ ਬਹੁਤ ਵੱਡਾ ਸਮਾਂ ਹੁੰਦਾ, ਬੜਾ ਲੰਬਾ ਪੀਰੀਅਡ ਹੈ। ਕਿੰਨਾ ਆਨੰਦ ਆਉਂਦਾ ਇੱਥੇ ਸੇਵਾ? ਬਹੁਤ ਬਹੁਤ ਹੀ ਆਨੰਦ ਆ, ਗੁਰੂ ਮਹਾਰਾਜ ਦੇ ਘਰ, ਗੁਰੂ ਰਾਮਦਾਸ ਦੇ ਘਰ, ਬਹੁਤ ਬਹੁਤ ਹੀ ਆਨੰਦ ਆ। ਇੱਥੇ ਸਭ ਕੁਛ ਇੱਥੋਂ ਹੀ ਮਿਲਦਾ ਆ, ਭੁੱਖਿਆਂ ਨੂੰ ਰੋਟੀ ਮਿਲਦੀ ਆ, ਅਤੇ ਤਿਉਹਾਰ ਨੂੰ ਪਾਣੀ ਮਿਲਦਾ, ਨੰਗਿਆਂ ਨੂੰ ਕੱਪੜਾ ਮਿਲਦਾ, ਬਹੁਤ ਬਹੁਤ ਆਨੰਦ ਆ ਇੱਥੇ, ਹਰ ਇੱਕ ਚੀਜ਼ ਮਿਲਦੀ ਗੁਰੂ ਮਹਾਰਾਜ ਦੇ ਘਰ। ਹਾਂਜੀ ਹਾਂਜੀ, ਉਹਦੀ ਕਰਨੀ ਨਾਲ ਹੀ ਸੇਵਾ ਕਰਨ ਰਹੇ ਹਾਂ, ਉਹਦੀ ਦੇਣ ਹੀ ਆ ਸੇਵਾ। ਅਸੀਂ ਘਰੋਂ ਚੱਲ ਕੇ ਆਉਂਦੇ ਹਾਂ, ਉਹਦੀ ਸੇਵਾ ਕਰਨਾ, ਮਨੋ ਤਣੋ ਹੋ ਕੇ ਸੇਵਾ ਕਰੀਏ, ਬਹੁਤ ਹੀ ਕੁਛ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਦਾ, ਸਰ ਇੰਨੀ ਸੰਗਤ ਨੂੰ ਉਹ ਛਕਾਉਂਦਾ, ਪ੍ਰਸ਼ਾਦਾ ਛਕਾਉਂਦਾ, ਘਰ 'ਤੇ ਇੱਕ ਪ੍ਰਾਹੁਣਾ ਨਹੀਂ ਸਾਂਭਿਆ ਜਾਂਦਾ। ਦੇਖੋ ਕਿੰਨੀ ਸੰਗਤ, ਕਿੰਨੀ ਦੁਨੀਆ ਆ। ਘਰ 'ਚ ਚਾਰ ਪ੍ਰਾਹੁਣੇ ਆਏ ਅਤੇ ਭਾਜਣਾ ਪੈ ਜਾਂਦੀਆਂ। ਹਾਂਜੀ ਹਾਂਜੀ, ਇੱਥੇ ਲੱਖਾਂ ਕਰੋੜਾਂ ਹੀ ਸੰਗਤ ਆ, ਜਿਨ੍ਹਾਂ ਨੂੰ ਮਹਾਰਾਜ ਇੱਕ ਭੋਜਨ ਛਕਾਉਂਦਾ ਆ, ਲੰਗਰ ਛਕਾਉਂਦਾ, ਤਰ੍ਹਾਂ ਤਰ੍ਹਾਂ ਦੀਆਂ ਵਨਗੀਆਂ ਨੇ, ਸਬਜ਼ੀਆਂ ਨੇ, ਚੌਲ ਆ, ਪ੍ਰਸ਼ਾਦਾ ਆ, ਹਰ ਇੱਕ ਤਰ੍ਹਾਂ ਦੀ ਵਰਾਇਟੀ ਆ, ਹਰ ਇੱਕ ਚੀਜ਼ ਤਰ੍ਹਾਂ ਦੀ, ਪ੍ਰਸ਼ਾਦ ਆ, ਜਿਸ ਤਰ੍ਹਾਂ ਦਾ ਵੀ ਕੋਈ ਚਾਹੇਗਾ ਉਸ ਤਰ੍ਹਾਂ ਦਾ ਹੀ ਮਿਲਦਾ ਇੱਥੋਂ ਗੁਰੂ ਰਾਮਦਾਸ ਦੇ ਘਰੋਂ। ਛੋਟੇ ਬੱਚੇ ਵੀ ਇੱਥੇ ਆ ਕੇ ਸੇਵਾ ਕਰ ਰਹੇ ਆ। ਬੇਟਾ ਕੀ ਨਾਮ ਹੈ, ਕਿੱਥੋਂ ਦੇ ਰਹੇ ਹੋ? ਅਮਰੀ ਕੌਰ, ਮਾਨਸਾ ਤੋਂ ਜੀ। ਮਾਨਸਾ ਤੋਂ ਇੱਥੇ ਆਏ? ਹਾਂਜੀ ਹਾਂਜੀ। ਸਕੂਨ ਸੇਵਾ ਕਰਨਾ? ਹਾਂਜੀ, ਸਕੂਨ ਮਿਲਦਾ ਇੱਥੇ ਆ ਕੇ, ਜੀ ਨਹੀਂ ਲੱਗ ਰਿਹਾ ਸੀ ਅਤੇ ਇੱਥੇ ਗੁਰੂ ਘਰ ਆ ਕੇ ਸਕੂਨ ਮਿਲਦਾ, ਸੇਵਾ ਕਰ ਲਈ ਦੀ ਆ। ਹਾਂਜੀ, ਖੁਸ਼ੀ ਹੁੰਦੀ ਸੇਵਾ? ਹਾਂਜੀ ਹਾਂਜੀ। ਕੋਮਲਪ੍ਰੀਤ ਕੌਰ, ਫੋਰਥ ਵੀ। ਹਾਂਜੀ, ਸੇਵਾ ਕਰਕੇ ਕਿੰਨਾ ਕੁ ਮਜ਼ਾ ਆ ਰਿਹਾ, ਕਿੰਨਾ ਕੁ ਆਨੰਦ ਆ ਰਿਹਾ? ਬਹੁਤ ਬਹੁਤ ਜ਼ਿਆਦਾ। ਸਹੀ ਗੱਲ ਹੈ, ਭਾਜਣ ਪੈ, ਸਾਰਾ ਦਿਨ ਲੋਹ ਤਪਦੇ ਰਹਿੰਦੇ ਆ ਗੁਰੂ ਰਾਮਦਾਸ ਜੀ ਦੇ ਘਰ। ਮੈਂ ਸਵਾ ਮਹੀਨਾ ਸੇਵਾ ਕਰਨ ਆ ਰਹੀ ਹਾਂ, ਆਈ ਵਾਂ, 10 ਦਿਨ ਹੋ ਗਏ ਮੈਨੂੰ ਸੇਵਾ ਕਰਨ, ਬਹੁਤ ਮਜ਼ਾ ਆ ਰਿਹਾ। 4 ਸਾਲ ਸਵਾ ਮਹੀਨਾ ਸੇਵਾ? ਨਹੀਂ, ਮੈਂ ਪਹਿਲੀ ਵਾਰੀ ਸਵਾ ਮਹੀਨਾ ਸੇਵਾ ਕਰਨ ਆਈ ਹਾਂ, ਬਹੁਤ ਮਜ਼ਾ ਆ ਰਿਹਾ। ਹਾਂਜੀ, ਮੈਂ ਸੁਖੀ ਹੋਈ ਹਾਂ, ਬਹੁਤ ਮਜ਼ਾ ਆ ਰਿਹਾ ਵਾ। ਮੈਂ ਜਦੋਂ ਮੇਰਾ ਦਿਲ ਹੀ ਨਹੀਂ ਕਰਦਾ, ਦਿਲ ਕਰਦਾ ਕਰੀ ਜਾਵਾਂ ਸੇਵਾ, ਕਰੀ ਜਾਵਾਂ, ਰੈਸਟ ਕਰਨ ਨੂੰ ਮਨ ਹੀ ਨਹੀਂ ਕਰ ਰਿਹਾ। ਹਾਂਜੀ ਨਹੀਂ, ਹੋਰ ਵੀ ਸੇਵਾ ਕਰਦੀ ਹਾਂ, ਮੈਂ ਦੁੱਖ ਭੰਜਨੀ ਬੇਰੀ ਥੱਲੇ ਸੱਚਖੰਡ ਸਾਹਿਬ ਵਿੱਚ, ਅਤੇ ਭਾਂਡਿਆਂ ਦੀ ਛਪੀਲ 'ਤੇ ਸੇਵਾ, ਸਵਾ ਮਹੀਨਾ ਸਾਰਾ ਦਿਨ ਸੇਵਾ ਕਰ। ਹਾਂਜੀ, ਸੇਵਾ ਕਰਨੀ। ਇਹ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ, ਜਿਹੜੀ ਲੰਬਾ ਸਮਾਂ ਇੱਥੇ ਰਹਿ ਕੇ ਧੰਨ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਇੱਥੇ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ। ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਰਾਜਸਥਾਨ ਸੀ, ਜ਼ਿਲ੍ਹਾ ਅੰਮ੍ਰਿਤਸਰ ਹੀ ਆ, ਅਤੇ ਇੱਥੇ ਸੇਵਾ ਕਰ ਰਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰੇ। ਕਿੰਨੇ ਸਾਲਾਂ ਤੋਂ ਇੱਥੇ ਸੇਵਾ? ਇੱਥੇ ਸਾਲ ਹੋ ਗਏ, 15-20 ਸਾਲ ਹੋ ਚੱਲੇ ਅਤੇ ਸੇਵਾ ਕਰਦੇ ਹਾਂ। ਹਾਂਜੀ, ਸੇਵਾ ਤਾਂ ਚੱਲਦੀ ਬਾਈ, ਸਵੇਰੇ ਇੱਥੇ 8 ਵਜੇ ਆ ਜਾਂਦੇ, 8 ਵਜੇ ਸਵੇਰੇ ਆ ਜਾਈਦਾ, 4-5 ਵਜੇ ਤੱਕ ਇੱਥੇ ਰਹੀਦਾ। 15-20 ਸਾਲ ਤੋਂ ਇੱਥੇ ਆ ਰਹੇ ਹੋ, ਤੁਹਾਨੂੰ ਕਿੰਨਾ ਕੁ ਫਰਕ ਨਜ਼ਰ ਆਇਆ ਵੀ ਸੰਗਤ ਦੀ ਜਿਹੜੀ ਆਮਦ ਹੈ, ਸੰਗਤ ਦੀ ਗਿਣਤੀ ਸ਼ਰਧਾਲੂਆਂ ਦੀ, ਉਹ ਕਿੰਨੀ ਕੁ ਵੱਧ ਰਹੀ ਹੈ? ਸੰਗਤਾਂ ਦੀ ਗਿਣਤੀ ਤਾਂ ਦਿਨ ਬਾ ਦਿਨ ਵੱਧਦੀ ਹੈ, ਪਹਿਲੇ ਜਦੋਂ ਅੱਜ 10-15 ਸਾਲ ਘੱਟ ਸੀ, ਹੁਣ ਤਾਂ ਵੇਖੋ ਸੰਗਤ ਇੰਨੀ ਗਰਮੀ ਦੇ ਬਾਵਜੂਦ ਵੀ
ਗੁਰੂ ਰਾਮਦਾਸ ਦੇ ਘਰ ਨਤਮਸਤਕ ਹੋਣ ਆ ਰਹੀਆਂ ਸੰਗਤਾਂ, ਅਤੇ ਲੋਹਾਂ 'ਤੇ ਵੀ ਇੰਨੀ ਗਰਮੀ ਦੇ ਬਾਵਜੂਦ ਵੀ ਸੰਗਤਾਂ ਸੇਵਾ ਕਰ ਰਹੀਆਂ। ਇੰਨੀ ਗਰਮੀ ਆ, ਦੇਖੋ ਤੁਹਾਡੇ ਸਾਹਮਣੇ ਲੋਹ ਚੱਲਦੀ ਹੈ, ਸੇਕ ਫਿਰ ਵੀ ਸੰਗਤਾਂ ਹੋਮਾਂ ਭਾ ਕੇ ਇੱਥੇ ਪਹੁੰਚਦੀਆਂ ਨੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਅਰੇ ਸੰਗਤ ਪਿੱਛੇ ਖੜੀ ਹੁੰਦੀ ਹੈ ਵੀ ਸਾਨੂੰ ਵੀ ਸੇਵਾ ਮਿਲਣੀ ਚਾਹੀਦੀ ਹੈ। ਇੰਨਾ ਉਤਸ਼ਾਹ ਪਿਆਰ, ਵਾਰੀ ਦਾ ਇੰਤਜ਼ਾਰ ਵੀ, ਵਾਰੀ ਦਾ ਇੰਤਜ਼ਾਰ ਕਰਦੇ ਆ, ਲਾਈਨਾਂ 'ਚ ਲੱਗ ਕੇ ਵਾਰੀ ਦਾ ਇੰਤਜ਼ਾਰ ਕਰਦੇ ਨੇ ਅਤੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈਂਦੇ ਨੇ। ਵੱਡਿਆਂ ਭਾਗਾਂ ਵਾਲੇ ਜਿਹੜੇ ਸਾਰੀ ਦਿਨ ਇੱਥੇ ਰਹਿ ਕੇ ਸੇਵਾ ਕਰਦੇ ਆ। ਜਿਹੜੀਆਂ ਇੱਕ ਤਾਂ ਲੋਹ 'ਤੇ ਤਿਆਰ ਹੋ ਰਹੇ ਪ੍ਰਸ਼ਾਦੇ, ਮਸ਼ੀਨਾਂ ਵੀ ਲੱਗੀਆਂ ਹੋਈਆਂ, ਮਸ਼ੀਨਾਂ ਦੀ ਕਿੰਨੀ ਜਿਹੜੀ ਕਪੈਸਿਟੀ ਹੈ, ਘੰਟੇ 'ਚ ਕਿੰਨੇ ਪ੍ਰਸ਼ਾਦੇ ਤਿਆਰ ਕਰਦੇ? ਸਾਡੇ ਕੋਲੋਂ 6 ਲੋਹਾਂ ਜੀ ਪ੍ਰਸ਼ਾਦਾ ਤਿਆਰ ਕਰਨ ਵਾਸਤੇ। ਇਸ ਤੋਂ ਇਲਾਵਾ 5 ਮਸ਼ੀਨਾਂ ਉੱਪਰ ਚੱਲ ਰਹੀਆਂ ਅਤੇ 2 ਮਸ਼ੀਨਾਂ ਵੱਡੀਆਂ ਵਾ, ਉਹਨਾਂ ਦੀ ਕਪੈਸਿਟੀ ਹੈਗੀ ਆ 5 ਤੋਂ 7 ਹਜ਼ਾਰ ਪ੍ਰਸ਼ਾਦਾ ਇੱਕ ਘੰਟੇ ਤਿਆਰ ਕਰ ਦਿੰਦੀਆਂ। ਦੂਜੀਆਂ 3 ਮਸ਼ੀਨਾਂ ਉਹ 3,000 ਤੋਂ 3,500-4,000 ਪ੍ਰਸ਼ਾਦਾ ਉਹ ਤਿਆਰ ਕਰ ਦਿੰਦੀਆਂ। ਤਾਂ ਬੇਹੱਦ ਵੱਡੀ ਚੁਣੌਤੀ ਰਹਿੰਦੀ ਹੈ ਸਾਫ਼ ਸਫਾਈ ਦਾ ਵੀ ਧਿਆਨ ਰੱਖਣਾ? ਬਹੁਤ ਜ਼ਿਆਦਾ ਜੀ। ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਅਸੀਂ ਇੱਕ ਵਾਰ 80 ਤੋਂ ਕੁਇੰਟਲ ਆਟਾ ਜਿਹੜਾ ਇੱਕ ਵਾਰੀ ਗੁੱਝ ਜਾਂਦਾ ਅਤੇ ਮਸ਼ੀਨ ਦੇ ਵਿੱਚ, ਜਦੋਂ ਫਿਰ ਆਟਾ ਜਿਹੜਾ ਤਿਆਰ ਹੋ ਜਾਂਦਾ ਉਹ ਫਿਰ ਮਸ਼ੀਨਾਂ 'ਤੇ ਭੇਜ ਦੇਈਦਾ ਅੱਗੇ ਮਸ਼ੀਨਾਂ 'ਤੇ ਭੇਜ ਕੇ ਮਸ਼ੀਨਾਂ ਦੇ ਵਿੱਚ ਪਾ ਕੇ ਉੱਪਰੋਂ ਬੰਦੇ ਜਿਹੜੇ ਆਪਣੇ ਮੁਲਾਜ਼ਮ ਸੇਵਾਦਾਰ ਲੱਗੇ ਆ ਜਾਂ ਸੇਵਾ ਕਰਨ ਵਾਲੇ ਆ ਸਾਰੇ ਉੱਪਰ ਮਸ਼ੀਨ ਦੇ ਉੱਪਰ ਖਲੋ ਕੇ ਉਹਨੂੰ ਥੋੜ੍ਹਾ ਜਿਹਾ ਨੱਪਦੇ ਆ। ਆਟੇ ਦਾ ਪ੍ਰਸ਼ਾਦਾ ਜਿਹੜਾ ਵਧੀਆ, ਬਹੁਤ ਵਧੀਆ ਤਿਆਰ ਹੁੰਦਾ। ਫਿਰ ਉਹ ਪ੍ਰਸ਼ਾਦਾ ਜਦੋਂ ਤਿਆਰ ਹੋ ਜਾਂਦਾ, ਪ੍ਰਸ਼ਾਦਾ ਤਿਆਰ ਹੋ ਕੇ ਫਿਰ ਪ੍ਰਸ਼ਾਦੇ ਦੀ ਕੁਆਲਿਟੀ ਚੈੱਕ ਹੁੰਦੀ ਆ, ਜਿਹੜਾ ਖਾਣ ਯੋਗ ਪ੍ਰਸ਼ਾਦਾ ਉਸੇ ਤਰ੍ਹਾਂ ਹੀ ਜਿੱਦਾਂ ਲੋਹਾਂ ਦੇ ਉੱਤੇ ਆ ਇਸੇ ਤਰ੍ਹਾਂ ਪ੍ਰਸ਼ਾਦਾ ਜਿਹੜਾ ਕੁਆਲਿਟੀ ਜਦੋਂ ਚੈੱਕ ਕਰਕੇ ਉਹ ਜਿਹੜਾ ਸੰਗਤਾਂ ਵਿੱਚ ਛਕਾਉਣ ਵਾਲਾ ਪ੍ਰਸ਼ਾਦਾ ਉਹ ਇੱਕ ਸਾਈਡ 'ਤੇ ਕਰ ਦਈਦਾ, ਜਿਹੜਾ ਵੇਸਟ ਉਹ ਇੱਕ ਸਾਈਡ 'ਤੇ ਕਰ ਦਈਦਾ, ਚੁੱਪੜੇ ਜਾਂਦਾ। ਹਾਂਜੀ, ਉਹ ਦੇਸੀ ਘਿਓ ਦੇ ਨਾਲ ਚੁੱਪੜ ਜਾਂਦਾ। ਅੱਛਾ, ਇੱਥੇ ਕੋਲ ਹੁਣ 5 ਮਸ਼ੀਨ? ਹਾਂਜੀ, 5 ਮਸ਼ੀਨ ਲੱਗੀ ਹੋਈ ਹੈ। ਅਤੇ 2 ਵੱਡੀਆਂ ਅਤੇ 3? 2 ਵੱਡੀਆਂ 3 ਛੋਟੀਆਂ। 1 ਘੰਟੇ 'ਚ 20,000 ਪ੍ਰਸ਼ਾਦਾ? ਹਾਂਜੀ, ਲਗਭਗ 1,000-20,000 ਪ੍ਰਸ਼ਾਦਾ ਤਿਆਰ ਹੋ ਜਾਂਦਾ 1 ਘੰਟੇ 1 ਘੰਟੇ ਦੇ ਵਿੱਚ। ਫਿਕਸ ਸਾਈਜ਼ ਦਾ ਪ੍ਰਸ਼ਾਦਾ ਜਿਹੜਾ ਇਹਨਾਂ ਮਸ਼ੀਨਾਂ 'ਚ ਬਣਦਾ, ਦੇਖ ਸਕਦੇ ਹੋ। ਪਹਿਲਾਂ ਮਸ਼ੀਨ 'ਚ ਆਟਾ ਗੁੰਨਿਆ ਗਿਆ, ਫਿਰ ਲਿਆ ਕੇ ਗੁੰਨਿਆ ਹੋਇਆ ਆਟਾ ਇਹਨਾਂ ਮਸ਼ੀਨਾਂ ਵਿੱਚ ਪਾਇਆ ਜਾ ਰਿਹਾ, ਔਰ ਉਸ ਤੋਂ ਬਾਅਦ ਇੱਕ ਸਮਾਨ ਪੇੜੇ ਜਿਹੜੇ ਹੈ ਉਹ ਤਿਆਰ ਹੁੰਦੇ ਹੈ, ਫਿਰ ਮਸ਼ੀਨ ਦੇ ਹੀ ਇੱਕ ਹੋਰ ਹਿੱਸੇ 'ਚ ਇਹ ਪੇੜੇ ਵੇਲੇ ਜਾਂਦੇ ਹੈ, ਔਰ ਵੇਲਣ ਤੋਂ ਬਾਅਦ ਅਖੀਰਲਾ ਸਟੈਪ ਆਉਂਦਾ ਜਿਹੜਾ ਉਹ ਜਿਹੜੀ ਆ ਹੀਟ ਵਾਲੀ ਮਸ਼ੀਨ ਹੈ ਜਿਸ ਦੇ ਵਿੱਚ ਹੀਟਰ ਲੱਗਿਆ, ਉੱਥੇ ਪ੍ਰਸ਼ਾਦੇ ਪੱਕਦੇ ਹੈ, ਤਿਆਰ ਹੁੰਦੇ ਹੈ, ਅਤੇ ਤਿਆਰ ਹੋ ਕੇ ਇਸ ਤਰ੍ਹਾਂ ਥੱਲੇ ਟੋਕਰੇ ਰੱਖੇ ਜਾਂਦੇ ਆ, ਇਹਨਾਂ ਟੋਕਰਿਆਂ ਦੇ ਵਿੱਚ ਆ ਕੇ ਡਿੱਗਦੇ ਹੈ, ਜਿਸ ਤੋਂ ਬਾਅਦ ਇੱਥੋਂ ਚੱਕ ਕੇ ਲਿਜਾਇਆ ਜਾਂਦਾ ਔਰ ਇਹਨਾਂ ਦੀ ਕੁਆਲਿਟੀ ਚੈੱਕ ਕਰਕੇ ਇਹਨਾਂ ਨੂੰ ਦੇਸੀ ਘਿਓ ਦੇ ਨਾਲ ਚੋਪੜਿਆ ਜਾਂਦਾ। ਇਹ ਆਟਾ ਹੀ ਪ੍ਰਸ਼ਾਦਾ ਸਾਰਾ ਤਿਆਰ ਕਰਕੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ, ਦੇਸੀ ਘਿਓ ਨਾਲ ਚੋਪੜਦੇ ਆ। ਉੱਥੇ ਪ੍ਰਸ਼ਾਦੇ ਦੀ ਕੁਆਲਿਟੀ ਜਿਹੜੀ ਆ, ਉੱਥੇ ਪ੍ਰਸ਼ਾਦੇ ਦੀ ਕੁਆਲਿਟੀ ਚੈੱਕ ਹੁੰਦੀ ਆ ਕਿ ਜਿਹੜਾ ਸੜਿਆ ਰਹਿ ਗਿਆ, ਕੱਚਾ ਰਹਿ ਗਿਆ ਪ੍ਰਸ਼ਾਦਾ ਉਹ ਸਾਰਾ ਹੀ ਇੱਕ ਵੇਸਟ ਕਰ ਦਿੰਦੇ ਹਾਂ, ਜਿਹੜਾ ਸੰਗਤ ਨੂੰ ਵਰਤਾਉਣ ਯੋਗ ਪ੍ਰਸ਼ਾਦਾ ਉਹੀ ਟੱਪ ਦੇ ਵਿੱਚ ਪੂਰਾ ਕੁਆਲਿਟੀ ਚੈੱਕ ਹੁੰਦਾ। ਇੱਥੇ ਕੁਆਲਿਟੀ ਚੈੱਕ ਹੋ ਕੇ ਇੱਦਾਂ ਟੱਪ ਦੇ ਵਿੱਚ ਅਸੀਂ ਪ੍ਰਸ਼ਾਦਾ ਲਗਾ ਦਿੱਤਾ ਜਾਂਦਾ, ਬੀਬੀਆਂ ਸਾਡੀਆਂ ਲੱਗੀਆਂ ਹੋਈਆਂ ਪ੍ਰਸ਼ਾਦਾ ਚੋਪੜ ਰਹੀਆਂ। ਜਿਹੜਾ ਪ੍ਰਸ਼ਾਦਾ ਕੱਚਾ ਜਾਂ ਸੜਿਆ ਆ ਤੁਸੀਂ ਦੇਖ ਸਕਦੇ ਜੀ, ਉਹ ਅਸੀਂ ਇੱਕ ਸਾਈਡ ਇਹ ਜਿਹੜਾ ਪ੍ਰਸ਼ਾਦਾ ਇਹ ਸਾਰਾ ਸੜਿਆ, ਇਹਦੀ ਕੁਆਲਿਟੀ ਚੈੱਕ ਹੋ ਜਾਂਦੀ ਪ੍ਰਸ਼ਾਦੇ ਦੀ। ਜਿਹੜਾ ਖਾਣ ਯੋਗ ਪ੍ਰਸ਼ਾਦਾ ਉਹੀ ਵਰਤਾਇਆ ਜਾਂਦਾ, ਦੂਜੇ ਨੂੰ ਵੇਸਟ ਕਰ ਦਿੱਤਾ, ਉੱਥੇ ਉੱਥੇ ਗਰਮ ਹੋ ਜਾਂਦਾ ਵਾ ਅਤੇ ਸੰਗਤ ਨੂੰ ਪ੍ਰੋਵਾਈਡ ਕਰ ਦਈਦਾ ਵਰਤਾਉਣ ਵਾਸਤੇ। ਤਾਂ ਇਹ ਵਿਸ਼ਵਾਸ ਹੈ ਸੰਗਤ ਦਾ, ਸ਼ਰਧਾਲੂਆਂ ਦਾ ਜੋ ਇੱਥੇ ਆ ਕੇ ਸੇਵਾ ਕਰਦੇ ਨੇ ਗੁਰੂ ਰਾਮਦਾਸ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ।
ਤੇ ਹੁਣ ਅਸੀਂ ਪਹੁੰਚੇ ਆ ਲੰਗਰ ਹਾਲ 'ਚ, ਜਿੱਥੇ ਬੈਠ ਕੇ ਸ਼ਰਧਾਲੂ ਗੁਰੂ ਕਾ ਲੰਗਰ ਛਕਦੇ ਨੇ। ਕਤਾਰਾਂ ਲੱਗੀਆਂ ਹੁੰਦੀਆਂ ਹਰ ਵੇਲੇ, ਇੱਥੇ ਇੰਤਜ਼ਾਰ ਕੀਤਾ ਜਾਂਦਾ ਆਪਣੀ ਵਾਰੀ ਦਾ, ਕਿਉਂਕਿ ਦੋ ਹਾਲ ਨੇ, ਦੋਵਾਂ ਦੀ ਕਪੈਸਿਟੀ ਜਿਹੜੀ ਹੈ ਉਹ ਲਗਭਗ 3-3.5 ਹਜ਼ਾਰ ਹੈ। ਤਾਂ ਉਹ ਵਾਰੀ ਸਿਰ ਇੱਕ ਵਾਰੀ ਹਾਲ ਫੁੱਲ ਹੋ ਜਾਂਦਾ ਤਾਂ ਬਾਹਰ ਸੰਗਤ ਨੂੰ ਰੋਕ ਦਿੱਤਾ ਜਾਂਦਾ, ਸਾਰਾ ਹਾਲ ਭਰੂਗਾ, ਥਾਲੀਆਂ ਕੋਲੇ ਚਮਚੇ ਸੰਗਤ ਲੈ ਕੇ ਅੰਦਰ ਆਉਂਦੀ ਹੈ, ਜਿੱਥੇ ਹਾਲ 'ਚ ਐਂਟਰ ਕਰਨ ਤੋਂ ਪਹਿਲਾਂ ਸੰਗਤ ਨੂੰ ਦਿੱਤਾ ਜਾਂਦਾ ਹੈ ਸਾਰਾ ਕੁਛ। ਅਤੇ ਇਸ ਤੋਂ ਬਾਅਦ ਹੁਣ ਸੰਗਤ ਪੰਗਤ ਦੇ ਵਿੱਚ ਬੈਠੂਗੀ ਅਤੇ ਉਸ ਤੋਂ ਬਾਅਦ ਲੰਗਰ ਵਰਤਾਇਆ ਜਾਊਗਾ, ਕਿਉਂਕਿ ਸੰਗਤ ਦੀਆਂ ਅਲੱਗ ਅਲੱਗ 4 ਦਰਵਾਜ਼ੇ ਨੇ, 4 ਦਰਵਾਜ਼ਿਆਂ 'ਤੇ ਕਤਾਰਾਂ ਲੱਗੀਆਂ ਹੁੰਦੀਆਂ। ਉਹ ਜੋ ਹੀ ਇੱਕ ਵਾਰੀ ਹਾਲ ਖਾਲੀ ਹੁੰਦਾ ਉਸ ਦੀ ਸਫਾਈ ਕੀਤੀ ਜਾਂਦੀ ਹੈ। ਤਾਂ ਇਹ ਸਭ ਕੁਛ ਵਿਦਇਨ ਨੋ ਟਾਈਮ, 3-4 ਮਿੰਟਾਂ ਦੇ ਵਿੱਚ ਹੀ ਜਦੋਂ ਹਾਲ ਖਾਲੀ ਹੁੰਦਾ ਤਾਂ ਨਾਲ ਦੀ ਨਾਲ ਸਫਾਈ ਕਰ ਦਿੱਤੀ ਜਾਂਦੀ ਹੈ, ਔਰ ਉਸ ਤੋਂ ਬਾਅਦ ਅਗਲੇ 3-4 ਮਿੰਟਾਂ 'ਚ ਹਾਲ ਮੁੜ ਤੋਂ ਭਰ ਜਾਂਦਾ। ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਲੰਬੀਆਂ ਕਤਾਰਾਂ ਨਜ਼ਰ ਆ ਰਹੀਆਂ, ਕਿਉਂਕਿ ਸੰਗਤ ਪਹਿਲਾਂ ਤੋਂ ਹੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ। ਔਰ ਜਦੋਂ ਹੀ ਅੰਦਰ ਜਾਣ ਦਾ ਹੋਕਾ ਮਿਲਿਆ ਤਾਂ ਵੱਡੀ ਗਿਣਤੀ ਵਿੱਚ ਸੰਗਤ ਮੁੜ ਤੋਂ ਹਾਲ 'ਚ ਪਹੁੰਚ ਗਈ ਹੈ, ਔਰ ਹਾਲ ਭਰਦੇ ਹੀ ਮੁੜ ਤੋਂ ਦਰਵਾਜ਼ੇ ਜਿਹੜੇ ਹੈ ਉਹ ਬੰਦ ਕਰ ਦਿੱਤੇ ਜਾਂਦੇ ਹੈ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ। ਤੋ ਲੰਗਰ ਹਾਲ 'ਚ ਬੈਠੀ ਸਾਰੀ ਸੰਗਤ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀ ਹੈ। ਫਿਰ ਉਸ ਤੋਂ ਬਾਅਦ ਲੰਗਰ ਵਰਤਾਉਣਾ ਸ਼ੁਰੂ ਕੀਤਾ ਜਾਂਦਾ। ਤਿੰਨ ਤੋਂ 4 ਮਿੰਟਾਂ ਦੇ ਵਿੱਚ ਵਿੱਚ ਇਹ ਪੂਰਾ ਹਾਲ ਭਰ ਚੁੱਕਿਆ। ਇਹ ਛੋਟਾ ਹਾਲ ਹੈ, ਹਾਲਾਂਕਿ ਜਿਹੜਾ ਦੂਸਰਾ ਹਾਲ ਹੈ ਇਸ ਤੋਂ ਵੀ ਵੱਡਾ, ਉਸ ਦੇ ਵਿੱਚ 4-5 ਹਜ਼ਾਰ ਬੰਦਾ ਵੀ ਇੱਕ ਟਾਈਮ 'ਤੇ ਬੈਠ ਸਕਦਾ। ਦੋਵਾਂ ਹਾਲ ਦੀ ਜਿਹੜੀ ਕਪੈਸਿਟੀ ਹੈ 8-9 ਹਜ਼ਾਰ ਬੰਦੇ ਦੀ ਰਹਿੰਦੀ ਹੈ, ਪਰ 24 ਘੰਟੇ ਇਸੇ ਤਰ੍ਹਾਂ ਇਹ ਲੰਗਰ ਵਰਤਾਉਣ ਦੀ ਸੇਵਾ ਜਿਹੜੀ ਹੈ ਇਹ ਜਾਰੀ ਰਹਿੰਦੀ ਹੈ। ਕੀ ਕਹਿਣਾ ਚਾਹੋਗੇ, ਲੱਖਾਂ ਦੀ ਸੰਗਤ 'ਚ ਇੱਥੇ ਬੈਠੀ ਹੈ, ਹੈ ਨਾ ਅਗੇ, ਅਤੇ ਪ੍ਰਬੰਧ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ? ਲੰਗਰ ਵਰਤਾਇਆ 24 ਘੰਟੇ ਲੰਗਰ, ਬਾਬਾ ਜੀ ਦੀ ਕਿਰਪਾ ਇੱਥੇ ਫੁੱਲ ਹੈ, ਐਵੇਂ ਰਹਿਣੀ ਹੈ ਇੱਥੇ। ਹਾਂਜੀ ਬਾਬਾ ਜੀ ਦੀ ਮਿਹਰ ਹੈਗੀ ਹੈ, ਬਾਬਾ ਜੀ ਦੀ ਕਿਰਪਾ ਹੈਗੀ ਹੈ ਨਾ, 24 ਘੰਟੇ ਚੱਲਦਾ ਹੀ ਰਹਿੰਦਾ ਜੀ ਇੱਦਾਂ ਹੀ। ਮੈਂ ਇੱਥੇ ਦੂਜੇ ਵਾਰੀ ਆਇਆ, ਅੱਜ ਤੋਂ 30 ਸਾਲ ਪਹਿਲਾਂ ਆਇਆ ਸੀ ਮੈਂ, 30 ਸਾਲ ਬਾਅਦ। ਹਾਂ 30 ਸਾਲਾਂ ਬਾਅਦ ਆਇਆ ਜੀ ਮੈਂ ਇੱਥੇ। ਵਧੀਆ, ਇਸ ਤੋਂ ਹੀ ਵਧੀਆ ਜੀ, ਉਦੋਂ ਹੀ ਵਧੀਆ ਜੀ, ਐਂ ਚੱਲਦਾ ਰਹਿਣਾ ਇੱਥੇ। ਨਹੀਂ ਹੈਗਾ, ਪ੍ਰਬੰਧ ਬਹੁਤ ਬੜਿਆ ਸਾ, ਇਸ ਕੇ ਲਈ ਮੈਂ ਆ ਕੇ ਕਮੇਟੀ ਕੋ ਧੰਨਵਾਦ ਦੇਣਾ ਚਾਹਤੇ ਹੈ। ਲੱਖੋਂ ਸ਼ਰਧਾਲੂ ਜਾਂ ਕੇ ਲੰਗਰ ਛਕਦੇ ਹੈ, ਤੋ ਆਪ ਵੀ ਛਕ ਰਹੇ, ਕੈਸਾ ਲੱਗ ਰਿਹਾ? ਬਹੁਤ ਬੜਿਆ ਸਾ, ਬਹੁਤ ਅੱਛਾ ਲੱਗ ਰਿਹਾ ਹੈ। ਕਿਆ ਨਾਮ ਹੈ ਸਰ, ਕਹਾਂ ਸੇ? ਮੈਂ ਓਡੀਸ਼ਾ ਸੇ ਸੰਬਲਪੁਰ ਡਿਸਟ੍ਰਿਕਟ ਸੇ ਆਇਆ ਹੂੰ, ਔਰ ਮੈਂ ਪਹਿਲੀ ਵਾਰ ਆਈ ਹੈ।
और बहुत दिन से मन्नत था कि आके अमृतसर थोड़ा घूमा फिर के जाऊँ, और फिर आ गया अचानक से। और फिर भी इधर का माहौल देख के बहुत अच्छा लगा, और जो खाने पीने का व्यवस्था भी बहुत अच्छा है, और 24 घंटा ये चलता है। मैं सुना है कि सुना था पहले से, कभी तो देखा नहीं था। जब पहली बार इधर आए हूँ देख के बहुत खुशी अनुभव हो रहा है। और क्या धन्यवाद देना चाहता हूँ पंजाब का जो, हाँ हाँ बहुत अच्छा लगा, बढ़िया। यहाँ की व्यवस्था देख के हम बहुत खुश हैं, बहुत ही ज़्यादा खुश हैं। पहली बार आए हैं लेकिन इतना खुशी महसूस हो रहा है कि बता भी नहीं सकते। लाखों लोग खाना खा रहे हैं, पानी दे रहे हैं बाहर, पानी की व्यवस्था, शरबत की व्यवस्था, मतलब छाँव धूप, यहाँ कुछ गर्मी महसूस ही नहीं हो रहा है। इतनी गर्मी है बाहर लेकिन अंदर बिल्कुल महसूस ही नहीं हो रहा, इतना अच्छा लग रहा है। यहाँ की पानी भी अमृत पीने जैसे लग रहा है। ये मेरी बच्ची है, इसको भी लेके आए साथ, बहुत खुशी लग रहा है। और ख़ास करके मेरे हस्बैंड को कि उन्होंने मुझे लाए इधर, कि गुरुद्वारे लाए, बाबा जी की, हाँ बाबा जी की कृपा है, बाबा जी के धाम आए, उनके दर्शन, बहुत खुशी हो रहा है। बहुत बढ़िया काम है जी, बहुत बढ़िया लंगर है यहाँ पर, बहुत 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 बड़ी सुविधा है, बहुत बढ़िया वह है, यहाँ कहीं भी नहीं मिलेगी ऐसी चीज़। सब या गरीब हो या अमीर हो, कोई भी है, सबके लिए साथ एक समान है, एक समान है जी, सब सब ये भेदभाव नहीं है, कोई भेदभाव नहीं है जी। हाँ कोई भी है तो कोई एक साथ बैठ के, साथ बैठ कर खाते हैं। हाँ जी ठीक है। हाँ बाबा जी के पवन कुमार सिंह नाम है, बिहार से आए हैं, लखीसराय जी, लखीसराय जिला से पहली बार आए हैं जी। बहुत बढ़िया लग रहा है। आप इस वक्त लंगर छक रहे हो जो दुनिया की सबसे बड़ी रसोई है, और 1.5 लाख 2 लाख आदमी रोजाना ऐसा ही खाना खाता है यहाँ के, तो इसके प्रबंध को आप कैसे दे? बहुत बढ़िया है, व्यवस्था बहुत बढ़िया है, बहुत अच्छी ढंग से व्यवस्था है, बहुत अच्छा, बहुत टेस्टी था, बहुत अच्छा है, बहुत अच्छा लगता है एक साथ खाने में, बहुत अच्छा लगता है एक साथ बैठ के खाना, बहुत नसीब का बात होता है, इतना खाना और इतना अच्छा, इतना व्यवस्था है, बहुत अच्छा है एक साथ इतने आदमी के साथ बैठ के खाना भी, बहुत नसीब का बात होता है जी। एक बराबर जी, एक बराबर है, यहाँ सब एक बराबर है, कोई छोटा बड़ा कोई कोई भेद नहीं। बहुत खुशी मिलती है इतने आन के, सारे इतने बड़ा वधिया प्रबंध है, सारा कुछ बड़ा अच्छा ढंग नाल हुंदा, कोई भी इतों नाराज नहीं जाता, बिल्कुल झोलियाँ भर के जाता, कोई कभी अज तक नाराज नहीं गया इतों वेख्या। मैं ਪ੍ਰਬੰਧ ਬਹੁਤ ਵਧੀਆ ਚੱਲਦਾ, ਹੋਰਨਾਂ ਸੂਬਿਆਂ ਦੇ ਆ, ਹੋਰਨਾਂ ਵਰਗਾਂ ਧਰਮਾਂ ਤੋਂ ਹੈ, ਉਹਨਾਂ ਦੀ ਇਹ ਬੜੀ ਵੱਡੀ ਗੱਲ ਹੈ ਕਿ ਸਾਰੇ ਬਰਾਬਰ ਬਹਿ ਕੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਸਾਰੇ ਬਰਾਬਰ ਬਹਿ ਕੇ, ਟੋਟਲ ਸਾਰੇ, ਕੋਈ ਵੀ ਉੱਚਾ ਨਹੀਂ ਹੈ, ਕੋਈ ਸਾਰੇ ਬਰਾਬਰ। ਰਾਮਦਾਸ ਦੇ ਦਰ 'ਤੇ ਆ ਕੇ ਸੇਵਾ ਕਰਨਾ ਵੀ ਬੜੇ, ਇਹ ਤਾਂ ਚਲੋ ਉਹਦੀ ਕਿਰਪਾ ਕਰਾ ਲੈਂਦੇ ਆ ਗੁਰੂ ਰਾਮਦਾਸ ਜੀ। ਹਾਂਜੀ ਜਦੋਂ ਤੱਕ ਬਸ ਆ ਜਾਂਦੇ ਚੱਲ ਜਾਂਦੇ। ਤਾਂ ਜਿਵੇਂ ਜਿਵੇਂ ਹਾਲ ਖਾਲੀ ਹੋਣਾ ਸ਼ੁਰੂ ਹੋਇਆ, ਉਵੇਂ ਉਵੇਂ ਸੇਵਾ ਜਿਹੜੀ ਸਫਾਈ ਦੀ ਹੈ ਨਾਲ, ਉਹ ਵੀ ਸ਼ੁਰੂ ਹੋ ਚੁੱਕੀ ਹੈ। ਪਰ 2 ਕਤਾਰਾਂ ਖਾਲੀ ਹੋਈ ਹੈ ਅਤੇ ਉਹਨਾਂ 2 ਕਤਾਰਾਂ 'ਚ ਤੁਰੰਤ 1-2 ਮਿੰਟਾਂ ਦੇ ਵਿੱਚ ਹੀ ਸਫਾਈ ਹੋ ਗਈ ਹੈ, ਤਾਂ 3-4 ਮਿੰਟਾਂ ਦੇ ਵਿੱਚ ਸਾਰਾ ਹਾਲ ਇਸੇ ਤਰ੍ਹਾਂ ਸਾਫ਼ ਕਰ ਦਿੱਤਾ ਜਾਂਦਾ ਤਾਂ ਜੋ ਮੁੜ ਤੋਂ ਸੰਗਤ ਆ ਕੇ ਲੰਗਰ ਛਕ ਸਕੇ। ਤਾਂ ਇਹ ਪ੍ਰਬੰਧ ਇਸੇ ਤਰ੍ਹਾਂ 24 ਘੰਟੇ ਜਾਰੀ ਰਹਿੰਦਾ। ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾਂਦੀ ਹੈ, ਕਿਉਂਕਿ ਸਫਾਈ ਸਭ ਤੋਂ ਅਹਿਮ ਹੈ।
ਪਰ ਉਹ ਸਫਾਈ ਦੀ ਸੇਵਾ ਕਰਨ ਦੇ ਲਈ ਵੀ ਸੰਗਤਾਂ ਆਪਣੀ ਵਾਰੀ ਨੂੰ ਤਰਸਦੀਆਂ, ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਕਿ ਉਹਨਾਂ ਨੂੰ ਧੰਨ ਗੁਰੂ ਰਾਮਦਾਸ ਦੇ ਦਰ 'ਤੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਜਿਹੜੀ ਹੈ ਉਹ ਮਿਲੇ। ਹੁਣ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਬਾਹਰ ਉਸ ਹਾਲ ਦੇ ਵਿੱਚ ਜਿੱਥੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਜਾਂਦੀ ਹੈ। ਤੋ ਸੰਗਤਾਂ ਜੋ ਲੰਗਰ ਛੱਕ ਕੇ ਆਉਂਦੀਆਂ ਨੇ ਉਹਨਾਂ ਦੇ ਵਾਪਸੀ ਦੇ ਰਸਤੇ ਦੇ ਸ਼ਰਧਾਲੂ ਪਹਿਲਾਂ ਤੋਂ ਹੀ ਤਿਆਰ ਖੜ੍ਹੇ ਹੁੰਦੇ ਨੇ ਜੋ ਉਹਨਾਂ ਤੋਂ ਜੂਠੇ ਬਰਤਨ ਪਕੜਦੇ ਨੇ ਔਰ ਗਾਂ ਇਸੇ ਤਰ੍ਹਾਂ ਇਹ ਬਰਤਨ ਅਲੱਗ ਅਲੱਗ ਕਰਕੇ ਚਮਚੇ ਅਲੱਗ ਗਲਾਸ ਅਤੇ ਬਾਟੇ ਅਲੱਗ ਥਾਲ ਅਲੱਗ 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 ਕੀਤੇ ਜਾਂਦੇ ਆ। ਇਹਨਾਂ 'ਚੋਂ ਬਚਿਆ ਹੋਇਆ ਭੋਜਨ ਜਿਹੜਾ ਉਹ ਕੱਢ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਸਫਾਈ ਦੀ, ਜੂਠੇ ਬਰਤਨ ਮਾਂਜਣ ਦੀ, ਸਾਫ਼ ਕਰਨ ਦੀ। ਇੱਥੇ ਇਸ ਵੇਲੇ 400 ਦੇ ਗਰੀਬ ਸ਼ਰਧਾਲੂ ਜੋ ਹੈ ਉਹ ਇਹ ਸੇਵਾ ਕਰ ਰਹੇ ਹੈ ਔਰ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਸੰਗਤਾਂ ਤਰਲੇ ਕੱਢ ਕੇ ਲੈਂਦੀਆਂ, ਯਾਨੀ ਕਿ ਇੰਤਜ਼ਾਰ ਕਰਨਾ ਪੈਂਦਾ ਸ਼ਰਧਾਲੂਆਂ ਨੂੰ ਕਿ ਉਹਨਾਂ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲੇ ਔਰ ਇਹ ਦ੍ਰਿਸ਼ ਹਰ ਰੋਜ਼ ਇਸੇ ਤਰ੍ਹਾਂ ਸ਼ਰਧਾਲੂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ। ਕਿਉਂਕਿ ਵਿਸ਼ਵਾਸ ਹੈ ਸੰਗਤ ਦਾ ਕਿ ਹਰ ਮਨੋਕਾਮਨਾ ਪੂਰੀ ਹੁੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੇ ਲਈ ਸ਼ਰਧਾਲੂ ਇੱਥੇ ਪਹੁੰਚਦੇ ਨੇ ਔਰ ਇਸੇ ਵਿਸ਼ਵਾਸ ਦੇ ਚੱਲਦਿਆਂ ਇੱਥੇ ਸੁੱਖਾਂ ਸੁੱਕਦੇ ਨੇ। ਕੋਈ 15 ਦਿਨ ਦੀ, ਕੋਈ 40 ਦਿਨਾਂ ਦੀ, ਕੋਈ 30 ਦਿਨਾਂ ਦੀ ਸੇਵਾ ਸੁੱਕਦਾ ਹੈ ਕਿ ਧੰਨ ਗੁਰੂ ਰਾਮਦਾਸ ਕਿਰਪਾ ਕਰਨ, ਮਨੋਕਾਮਨਾ ਪੂਰੀ ਹੋਵੇ। ਬਰਤਨ ਸਾਫ਼ ਕਰਨ ਵਾਲੀ ਸੰਗਤ ਵਿੱਚ ਇੱਕ ਵੀ ਮੁਲਾਜ਼ਮ ਨਹੀਂ ਹੈ, ਸਾਰੇ ਸ਼ਰਧਾਲੂ ਨੇ ਉਹ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਕਰਨ ਲਈ ਆਉਂਦੇ ਨੇ ਔਰ ਸਿਰਫ 5-6 ਮੁਲਾਜ਼ਮ ਇਸ ਸਾਲ ਦੇ ਵਿੱਚ ਨਿਗਰਾਨੀ ਰੱਖਣ ਦੇ ਲਈ ਨੇ ਜੋ ਮੁੱਢਲੀਆਂ ਜ਼ਰੂਰਤਾਂ ਨੇ, ਪਾਣੀ ਹੈ, ਸਰਫ ਸਾਬਣ ਹੈ, ਉਹ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਨਿਗਰਾਨੀ ਰੱਖਦੇ ਨੇ। ਪਰ ਸੰਗਤ ਦੀ ਇਹ ਸ਼ਰਧਾ ਕਿ ਸੰਗਤ ਧੰਨ ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਸੇਵਾ ਕਰਨਾ ਚਾਹੁੰਦੀ ਹੈ। ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਬਾਹਰ ਉਹ ਬਰਾਂਡਾ, ਉਹ ਹਾਲ ਜਿੱਥੇ ਸੈਂਕੜੇ ਸ਼ਰਧਾਲੂ ਸਬਜ਼ੀਆਂ ਕੱਟਣ ਛਿੱਲਣ ਦੀ ਸੇਵਾ ਕਰਦੇ ਆ ਔਰ ਇਹ ਨਜ਼ਾਰਾ ਸਿਰਫ ਅੱਜ ਨਹੀਂ ਰੋਜ਼ਾਨਾ ਇੱਥੇ ਦੇਖਣ ਨੂੰ ਮਿਲਦਾ ਹੈ। ਪਿਆਜ਼ ਛਿੱਲੇ, ਲਸਣ ਛਿੱਲਣਾ, ਲੰਗਰ ਦੇ ਲਈ ਜੋ ਤਰ੍ਹਾਂ ਤਰ੍ਹਾਂ ਦੀ ਸਬਜ਼ੀਆਂ ਤਿਆਰ ਹੋਣੀਆਂ ਉਹ ਛਿੱਲਣੀਆਂ ਕੱਟਣੀਆਂ, ਸੋ ਇਹ ਸੇਵਾ ਰੋਜ਼ਾਨਾ ਇਸੇ ਤਰ੍ਹਾਂ ਇੱਥੇ ਜਾਰੀ ਰਹਿੰਦੀ ਹੈ। ਔਰ ਇਹ ਵੀ ਖਾਸ ਗੱਲ ਹੈ ਕਿ ਇੱਥੇ ਕੋਈ ਵੀ ਮੁਲਾਜ਼ਮ ਨਹੀਂ ਹੈ, ਇਹ ਸਿਰਫ ਸੰਗਤ ਹੈ ਜੋ ਦੂਰ ਦੁਰਾਡੇ ਤੋਂ ਰੂਹਾਨੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਰੋਜ਼ਾਨਾ ਹੀ ਆਉਂਦੀ ਹੈ। ਕੋਈ ਕਈ ਵਰ੍ਹਿਆਂ ਬੱਧੀ ਆ ਰਹੇ ਹੈ, ਕੋਈ ਸੁੱਖ ਸੁੱਖੀ ਹੈ ਤਾਂ ਆ ਰਿਹਾ, ਪਰ ਵਿਸ਼ਵਾਸ ਹੈ ਕਿ ਇੱਥੇ ਸੇਵਾ ਜਿਹੜੀ ਹੈ ਉਹ ਕਰਾਂਗੇ
ਹਰ ਮਨੋਕਾਮਨਾ ਪੂਰੀ ਹੋਊ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ, ਕਿੱਥੋਂ ਦੇ ਰਹਿਣ ਵਾਲੇ? ਅਸੀਂ ਬਠਿੰਡੇ ਤੋਂ, ਕਲਿਆਣ ਸਿੱਖੀ। ਬਠਿੰਡੇ ਤੋਂ ਸੇਵਾ ਕਰਨ ਆਏ? ਕਿੰਨੇ ਦਿਨ ਆਏ? 5-6 ਦਿਨ ਦਾ ਲੱਗਾ। ਮਾਹੌਲ ਬਾਰੇ ਕੀ ਕਹੋਗੇ, ਜਿੱਥੇ ਵੇਖ ਲਓ ਕੋਈ ਮੁਲਾਜ਼ਮ ਨਹੀਂ, ਸਾਰੇ ਸ਼ਰਧਾਲੂ ਸੰਗਤ ਜਿਹੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ? ਬਹੁਤ ਖੁਸ਼ੀ ਮਿਲਦੀ ਹੈ। ਅਸੀਂ ਜੀ ਜ਼ਿਲ੍ਹਾ ਤਰਨ ਤਾਰਨ ਫਿਰਾਲੀ ਸਾਹਿਬ ਤੋਂ ਬਾਬਾ ਤਾਰਾ ਸਿੰਘ ਵਾਲੇ, ਸਾਡਾ ਜੀ ਵਿਦੇਸ਼ ਨੂੰ ਆਇਆ, ਹਰਦੀਆਂ ਦਾ ਠੀਕ ਹੋ ਗਏ, ਇੱਥੇ ਸੇਵਾ ਕਰਨ ਆਏ 2 ਦਿਨ ਖੁਸ਼ੀ ਨਾ। ਹਾਂ, ਕਿਉਂ ਆਪਰੇਸ਼ਨ ਵੀ ਹੋ ਗਿਆ ਨਾ ਹਰਦੀਆਂ ਦਾ ਵਧੀਆ, ਗੁਰੂ ਨਾਨਕਾ ਹਸਪਤਾਲੋਂ। ਹਾਂ, ਚਲੋ ਸਰਕਾਰੀ ਹੋ ਗਿਆ ਅਤੇ ਕੋਈ ਖਰਚਾ ਘੱਟ ਹੀ ਹੋਇਆ ਵਾ, ਠੀਕ ਠਾਕ ਹੋ ਗਿਆ। ਸ਼ੁਕਰਾਨਾ ਕਰਨਾ ਆ ਜੀ, ਦੋ ਤਿੰਨ ਦਿਨ ਹੋ ਗਏ, ਅਜੇ ਹੋਰ 2-3 ਦਿਨ ਰਹਿਣਾ, ਜਿੰਨੇ ਦਿਨ ਬਖਸ਼ੂਗਾ। ਆਪੇ ਲਿਆ ਵਾਹਿਗੁਰੂ ਜੀ, ਆਪੇ ਕਰੇ, ਆਪੇ ਕਰਾਵੇ, ਆਪੇ ਆਪ ਮਾਨਸ ਕੇ ਕਿਸਨਾ ਹੀ ਹਾਰ। ਤੋ ਇਹ ਅਦਭੁਤ ਨਜ਼ਾਰਾ, ਇਹ ਅਲੌਕਿਕ ਨਜ਼ਾਰਾ ਅਸੀਂ ਸਾਂਝਾ ਕੀਤਾ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਰਾਮਦਾਸ ਲੰਗਰ ਘਰ ਦਾ, ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ, ਦੁਨੀਆ ਦੀ ਸਭ ਤੋਂ ਵੱਡੀ ਰਸੋਈ ਦਾ, ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਲੰਗਰ ਛਕਦੇ ਨੇ, ਸਰੀਰ ਦੀ ਖੁਰਾਕ ਦੇ ਨਾਲ ਨਾਲ ਰੂਹ ਦੀ ਖੁਰਾਕ ਵੀ ਹਾਸਲ ਕਰਦੇ ਨੇ। ਪਰ ਅਸੀਂ ਦਿਖਾਇਆ ਕਿ ਕਿੰਝ ਇੱਥੇ ਸ਼ਰਧਾ ਭਾਵਨਾ ਦੇ ਨਾਲ ਸਾਫ਼ ਸਫਾਈ ਦਾ ਧਿਆਨ ਰੱਖਦੇ ਹੋਏ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ, ਕਿਸ ਤਰ੍ਹਾਂ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਨੂੰ ਪੰਗਤ ਵਿੱਚ ਪਾ ਕੇ ਛਕਾਇਆ ਜਾਂਦਾ, ਔਰ ਸੰਗਤਾਂ ਬੇਹੱਦ ਖੁਸ਼ੀ ਖੁਸ਼ੀ ਇੱਥੋਂ ਲੰਗਰ ਛੱਕ ਕੇ ਜਾਂਦੀਆਂ ਨੇ, ਕਿਉਂਕਿ ਸੰਗਤ ਦਾ ਵਿਸ਼ਵਾਸ ਹੈ ਕਿ ਧੰਨ ਗੁਰੂ ਰਾਮਦਾਸ ਦੇ ਦਰ 'ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ, ਦੁੱਖਾਂ ਕਲੇਸ਼ਾਂ ਦਾ ਖਾਤਮਾ ਹੁੰਦਾ। ਔਰ ਇਸੇ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਦੂਰ ਦੁਰਾਡੇ ਤੋਂ ਇੱਥੇ ਆ ਕੇ ਸੇਵਾ ਕਰਦੀਆਂ ਨੇ ਅਤੇ ਆਪਣੇ ਆਪ ਨੂੰ ਬੇਹੱਦ ਕਰਮਾਂ ਵਾਲਾ ਮੰਨਦੀਆਂ ਨੇ ਕਿ ਉਹਨਾਂ ਨੂੰ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ 'ਤੇ ਆ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਗਾ, PTC ਨਿਊਜ਼, ਅੰਮ੍ਰਿਤਸਰ।